पहला घट गई है जी ਇੱਥੇ ਯਾਰ ਲੋਕੀ ਚੜੀ ਜਾਂਦੇ ਕੰਡਿਆਂ ਦੇ ਉੱਤੇ ਪਰਕ ਪੈ ਸਕਦਾ ਕੰਡੇ ਜਿਹੜਾ ਘਰੋਂ ਬਾਹਰ ਇੱਥੇ ਲੈ ਗਿਆ ਉੱਥੇ ਸਾਨੂੰ ਕੀ ਪਤਾ ਘਾਟਾ ਲੱਗਦਾ ਕੰਡਾ ਤੇ ਹੈਗਾ ਨਹੀਂ ਕੁਝ ਵੀ ਹੋ ਸਕਦਾ ਲਿਓ ਜੀ ਦੀ ਘਾਟਾ ਦੀ ਪੂਰੀ ਕਰ ਬਸ ਗੱਲ ਜੀਟ ਕਰਨ ਵਾਲੀ ਚਲੋ ਕਰ ਸ਼ੁਰੂ ਮੇਰਾ ਵੀਰੇ ਇਹ ਪਰ ਪਰਸਨ ਐਤਕੀ ਕਿੰਨੀ ਆਈ ਹੈ ਭਾਜੀ 14 कर निकलती किन्नी पई है ਅਕਲ ਜੀ ਕੀ ਫਤਿਹ ਸਾਨੂੰ ਕਣਕ ਮੇਰੀ 4 ਜੀਆਂ ਦੀ 56 ਕਿਲੋ ਕਣਕ ਬੰਦੀ ਸੀ ਇਹ ਅਸੀਂ ਇੱਥੋਂ ਤੋਲ ਕੇ ਕਣਕ ਇਹਨਾਂ ਦੇ ਦਿੱਤੀ ਆ 55 ਕਿਲੋ ਦੇ ਹਿਸਾਬ ਨਾਲ ਕਿਲੋਆਂ ਦੇ ਬਾਰਦਾਣਾ ਸਾਡਾ ਕੱਟਿਆ ਵਾ ਉਹਦੇ ਹਿਸਾਬ ਨਾਲ ਅਸੀਂ ਬਾਹਰੋਂ ਜਾ ਕੇ ਤਲਾਈ ਆ ਤੇ ਸਾਡੀ 52 ਕਿਲੋ 200 ਗ੍ਰਾਮ ਕਣਕ ਨਿਕਲੀ ਆ ਮੈਂ ਨਾਲ ਫੋਟੋ ਫਕਤ ਖਿੱਚ ਕੇ ਲੈ ਕੇ ਆਇਆ ਵਾਂ ਆਣ ਕੇ ਇਹਨਾਂ ਨੂੰ ਦੱਸਿਆ ਤੇ ਇਹ ਮੰਨੇ ਨਹੀਂ ਆ ਮੁੜ ਕੇ ਆਮ ਪਾਰਟੀ ਦੇ ਜਿੰਨੇ ਵਰਕਰ ਇਹਨਾਂ ਨੂੰ ਸਾਰਿਆਂ ਨੂੰ ਸੱਦਿਆ ਇਹਨਾਂ ਨੇ ਆਣ ਕੇ ਪੂਰੀ ਹੁਣ 56 ਕਿਲੋ ਕਰ ਕਿਹੜਾ ਪਿੰਡ ਹੈਗਾ ਇਹ ਸਭਰਾ ਜੀ ਸਭਰਾ ਡੀਪੂ ਕਿਹੜੇ ਨਾਂ ਦੇ ਕੀ ਹੈਗਾ ਇਹਨਾਂ ਦਾ ਇਹ ਸਾਡੀ ਦਾ ਬਾਜੀ ਸਰਕਾਰੀ ਡੀਪੂ ਆ ਜੀ ਸਾਡੀ ਵਾਲਿਆਂ ਦਾ ਅੱਛਾ ਤੇ ਹੁਣ ਕੀ ਬਣਿਆ ਤੁਹਾਡਾ ਹੁਣ ਸਾਰਾ ਸਾਨੂੰ ਕਣਕ ਪੂਰੀ ਮਿਲ ਗਈ ਹੈ ਜੀ ਦੁਬਾਰਾ ਪੂਰੀ ਕਰਕੇ ਦਿੱਤੀ ਦੁਬਾਰਾ ਪੂਰੀ ਕਰਕੇ ਦਿੱਤੀ ਆਮ ਪਾਰਟੀ ਦੇ ਜਿੰਨੇ ਵਰਕਰ ਇਹਨਾਂ ਨੇ ਆਣ ਕੇ ਸਾਡੀ ਪੂਰੀ ਕਰਕੇ ਕਰਾਈ ਹੈ ਠੀਕ ਹੈ ਜੀ ਕੀ ਮੰਗ ਕਰਦੇ ਜੀ ਹੁਣ ਮੰਗ ਇਹੋ ਹੀ ਆ ਜੀ ਵੀ ਜਿਹੜੀ ਇਹ ਘਪਲੇਬਾਜ਼ੀ ਕਰਨ ਦਾ ਹੈ ਉਹ ਸਹੀ ਹੋਣਾ ਚਾਹੀਦਾ ਕੰਮ ਇਹ ਲੋਕਾਂ ਦਾ ਹੱਕ ਨਹੀਂ ਰੱਖਣਾ ਚਾਹੀਦਾ ਇਹਨਾਂ ਨੂੰ ਇੱਕ ਪਹਿਲਾਂ ਵੀ ਇਸ ਤੋਂ ਮਤਲਬ ਕਿ ਕਣਕ ਤੁਹਾਡੇ ਪਿੰਡ ਵੰਡੀ ਸੀ ਉਦੋਂ ਵੀ ਰੌਲਾ ਪਿਆ ਸੀਗਾ ਕੋਈ ਉਸ ਬਾਰੇ ਨਹੀਂ ਜੀ ਮੈਨੂੰ ਪਤਾ ਕੋਈ ਗੱਲ ਠੀਕ ਹੈ ਹਾਂਜੀ ਹੈਗਾ ਜੀ ਵੀਰ ਜੀ ਮੇਰਾ ਲਵਪ੍ਰੀਤ ਸਿੰਘ ਜੀ ਕੀ ਗੱਲਬਾਤ ਹੋਈ ਹੈ ਇੱਥੇ ਜੀ ਗੱਲਬਾਤ ਨਾ ਸਾਡੇ ਇੱਥੇ ਸੁਸਾਇਟੀ ਦਾ ਡੀਪੂ ਹੈ ਸਹਿਕਾਰੀ ਸਭਾ ਦਾ ਸਰਕਾਰੀ ਜੀ ਇੱਥੇ ਨਾ ਉਹ ਫ੍ਰੀ ਵਾਲੀ ਕਣਕ ਜਿਹੜੀ ਪਰਚੀਆਂ ਕੱਟੀਆਂ ਸੀ ਪਿਛਲੇ 3-4 ਦਿਨ ਤੋਂ 14 ਕਿਲੋ ਦੇ ਹਿਸਾਬ ਨਾਲ ਅਤੇ ਅੱਜ ਕਣਕ ਦੀ ਵੰਡ ਕਰ ਰਹੇ ਇਹ ਸਾਨੂੰ 1-2 ਜਿਹੜੇ ਕਾਰਡ ਹੋਲਡਰ ਸੀ ਉਹਨਾਂ ਨੂੰ ਪਤਾ ਲੱਗਾ ਕਿ ਕਣਕ ਜਿਹੜੀ ਆ ਉਹ ਇੱਥੇ ਇਸ ਕੰਡੇ 'ਤੇ ਤਾਂ ਤੋਲ ਕੇ ਪੂਰੀ ਦਿੱਤੀ ਜਾ ਰਹੀ ਆ ਪਰ ਜਦੋਂ ਅਸੀਂ ਪਾਸੇ ਤੋਲਦੇ ਹਾਂ 4-5 ਕਿਲੋ ਕਣਕ ਜਿਹੜੀ ਘੱਟ ਨਿਕਲਦੀ ਆ ਉਹ ਅਸੀਂ ਆ ਕੇ ਚੈੱਕ ਕੀਤਾ ਤਾਂ ਵਾਕਈ ਉਹ ਇਸੇ ਤਰ੍ਹਾਂ ਹੀ ਕਣਕ ਘੱਟ ਨਿਕਲੀ ਅਤੇ ਅਸੀਂ ਮੁੜ ਕੇ ਮੌਕੇ 'ਤੇ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਸੰਬੰਧਿਤ ਅਧਿਕਾਰੀਆਂ ਨੇ ਕੰਡਾ ਬਦਲਿਆ ਗਿਆ ਫਿਰ ਉਹਦੀ 4-5 ਕਿਲੋ ਜਿੰਨੇ ਸਾਡੇ ਵਰਕਰ ਸੀ ਇੱਥੇ ਆਏ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਆ ਕੇ ਗੱਲਬਾਤ ਕੀਤੀ ਔਰ ਪਹਿਲਾਂ ਤਾਂ ਡੀਪੂ ਹੋਲਡਰ ਵੱਲੋਂ ਬਹੁਤ ਹੰਗਾਮਾ ਕੀਤਾ ਗਿਆ ਸਾਨੂੰ ਬੰਦਾ ਚੰਗਾ ਬੋਲਿਆ ਗਾ ਪਰ ਆਮ ਲੋਕਾਂ ਦੀ ਸਰਕਾਰ ਆ ਜੀ ਆਮ ਲੋਕਾਂ ਦੇ ਹੱਕਾਂ ਦੀ ਗੱਲ ਹੋਊਗੀ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਹ ਪੁਰਾਣੀਆਂ ਜਿਹੜੀਆਂ ਇਹਨਾਂ ਨੂੰ ਆਦਤਾਂ ਪਈਆਂ ਨੇ ਖਾਣ ਦੀਆਂ ਉਹ ਜਿਹੜੀਆਂ ਚੋਰ ਮੋਰੀਆਂ ਬੰਦ ਕਰਕੇ ਅਤੇ ਗਰੀਬਾਂ ਨੂੰ ਜਿਹੜਾ ਪੂਰਾ ਹੱਕ ਦਾ ਦਿੱਤਾ ਜਾਊਗਾ ਹੁਣ ਕਣਕ ਜਿਹੜੀ ਆ ਉਹ ਪੂਰੀ ਕੰਡਾ ਬਦਲ ਕੇ ਕਣਕ ਜਿਹੜੀ ਪੂਰੀ ਜਿੰਨੀ ਬਣਦੀ ਆ ਜਿੰਨੀ ਪਿੱਛੋਂ ਮਹਿਕਮੇ ਵੱਲੋਂ ਆਈ ਉਹ ਪੂਰੀ ਪਰ ਜੀ ਦੇ ਹਿਸਾਬ ਨਾਲ ਜਿੰਨੇ ਕਿਸੇ ਦੀ ਪਰਚੀ ਦੇ ਹਿਸਾਬ ਨਾਲ ਬਣ ਗਈ ਉਹ ਪੂਰੀ ਕਰਵਾ ਦਿੱਤੀ ਗਈ ਆ ਔਰ ਅੱਗੇ ਤੋਂ ਇਹੋ ਜਿਹੀਆਂ ਜਿਹੜੀਆਂ ਇਹ ਚਲਾਕੀਆਂ ਇਹਨਾਂ ਨੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਔਰ ਸੰਬੰਧਿਤ ਅਧਿਕਾਰੀਆਂ ਨੂੰ ਦੱਸ ਦਿੱਤਾ ਗਿਆ ਇਹਨਾਂ ਦੀਆਂ ਚੋਰ ਮੋਰੀਆਂ ਜਿਹੜੀਆਂ ਬੰਦ ਕੀਤੀਆਂ ਜਾਣਗੀਆਂ ਹਾਂਜੀ ਕੀ ਨਾਂ ਹੈਗਾ ਜੀ ਵਰਪ੍ਰੀਤ ਸਿੰਘ ਡੀਪੂ ਹੋਲਡਰ ਤੁਹਾਡੇ ਜੀ ਡੀਪੂ ਸਰਕਾਰੀ ਸਭਾ ਦਾ ਕੀ ਮੁਸ਼ਕਲ ਸੀ ਜੀ ਮੁਸ਼ਕਲ ਕੋਈ ਵੀ ਨਹੀਂ ਕਣਕ ਵੰਡਣ ਦਾ ਜਿਹੜੀ ਲੋਕਾਂ ਦਾ ਦੋਸ਼ ਹੈ ਕਿ ਤੁਹਾਡੀ ਤੁਸੀਂ ਪਹਿਲਾਂ ਕਣਕ ਲੈ ਕੇ ਗਏ ਅਤੇ ਘੱਟ ਮਿਲੀ ਉਹ ਕਿਸੇ ਦੇ ਵਿੱਚ ਕੋਈ ਫਾਲਟ ਪੈ ਵੀ ਸਕਦਾ ਕੰਡੇ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਫਿਰ ਦੁਬਾਰਾ ਕੀ ਕੀਤਾ ਤੁਸੀਂ ਦੁਬਾਰਾ ਕੁਛ ਵੀ ਨਹੀਂ ਕੰਡਾ ਸਾਹਮਣੇ ਤੁਹਾਡੇ ਲੰਡਿਆ ਕੰਮ ਵਧੀਆ
अच्छा हूँ जो लोग मतलब कि उन्होंने दोष लगाए कि पहला सू कणक घट दी फिर अं दोबारा वापस आए तो दोबारा पूरी करके दी पहला कंडे विखाओ ना दसो कि पूरी की पूरी तो कणक जा रही सारी सामने दस दौ इन्हें जो कोई कह दे कणक दोबारा ला कणक इन्हें जो जे मतलब कि चार बंद पहला गए बैट दी उन्होंने ते दोष ये लाए कि ताकि पहला सा 56 किलो की थान से 52 किलो कणक निकलती वीर जी जे इतों लिया के घर क्ड के चक्की पर लै जूगा तो सा कसूर आ इतने साढ़े लो चार वारी कंडे पर जोख ले इतने जिम्मेवार आ कंडे कट्टिया है ना पेन लिख घर के उत्ते जी कंप्यूटर की पर्ची निकलती है ना जिथे मतलब वध लिखी होंगी उत्थे पेन ना घट ले देंगे 10 किलो कोई रौला पै मुड़के तो मुड़के बाद पूरी करके दी सारे ने पुरानी आदत जांदियां नहीं जी चकला मारन वाली पंजाबी च कहते चकला मारनिया पिंड सबरा की गल हुई अज ये जी कणक पता नहीं हुण कंडे दे विच नुक्स वा ते तोलण वालियां दे विच नुक्स सानू घट मिल रही कणक हुण दोबारा कंडा लिया वा ते 2-2 किलो 3-3 किलो कणक घट वा तुहानू किस तरह पता लगा कणक घट वा एक बंदा साडा बाहर तोल के लियाया जावे होर भी 2-3 गए सीगे ओह बंदे तां नहीं गए इत्थे हैगे जिहड़े बाहर गए सी तोलण ओह तां कणक ही छड्ड के चले गए ताडी किन्नी घट निकली कणक किन्नी 4 किलो अच्छा हाँ जी 56 किलो चाहिए सी 4 किलो घट हूँ दोबारा पूरी करके दी दोबारा पूरी करके हाँ जी की कहना चाहते हो तुम प्रशासन अस तो यो चाहते हैं भी नहीं किसी के नाल भी इतना धक्का नहीं होना चाहिए ठीक है हाँ जी हर एक का ही आपो अपना हक ठीक है।